ਜੋ ਆ ਮੇਰੇ ਹਿੱਸੇ ਆਉਂਦਾ ਸੀ ਮੈਂ ਭਰਾ ਨੂੰ ਦੇ ਗਿਆ, ਠੀਕ ਹੈ। ਇੱਕ ਮੋਟਰਸਾਈਕਲ ਚੱਕ ਕੇ ਦੇ ਗਿਆ, ਜਦੋਂ ਮੈਂ ਗੱਡੀ ਲੈ ਲਈ ਮੋਟਰਸਾਈਕਲ ਵੀ ਪਿੰਡ ਤੋਰਤਾ ਸੀ ਮੈਂ ਤੋਰ। ਜੇ ਮੈਂ ਭਰਾ ਨਾਲ ਵੰਡੀਆਂ ਪਾਊਂਗਾ ਜਾ ਕੇ ਯਾਰ, ਉਹਦੇ ਦਿਲ 'ਚ ਪਿਆਰ ਨਹੀਂ ਰਹਿਣਾ। ਮੈਂ ਅੱਜ ਵੀ ਕਹਿੰਦਾ ਵੀ ਉਹਦੇ ਲਈ ਮੈਂ ਖੜਾ ਜੇ ਮੈਂ ਕਿੰਨੇ ਯੋਗ ਹੈਗਾ, ਅਤੇ ਉਹ ਵੀ ਕਹਿੰਦਾ। ਦੋਨਾਂ ਪਾਸਿਓਂ ਰਿਸ਼ਤੇ ਚੰਗੇ ਚੱਲ ਸਕਦੇ ਨਹੀਂ। ਇੱਕ ਬੰਦੇ ਨੂੰ ਆਪਣਾ ਪਰਿਵਾਰ ਜਾਂ ਆਪਣਾ ਸ਼ਰੀਕਾ ਭਾਈਚਾਰਾ ਚਲਾਉਣ ਲਈ ਨੁਕਸਾਨ ਝੱਲਣੇ ਜ਼ਰੂਰ ਪੈਂਦੇ ਆ। ਇੱਕ ਤੁਹਾਡੀ ਮੈਂ ਜਿਹੜਾ ਸਿਕੰਦਰ ਦੇ ਵਿੱਚ ਤੁਸੀਂ ਰੋਲ ਕਰਦੇ ਹੋ ਵੀ ਪਹਿਲਾਂ ਲੱਗਦੀ, ਉਹ 'ਚ ਤੁਹਾਨੂੰ ਉਹ ਚੱਕ ਕੇ ਲਿਆਉਂਦੇ ਨੇ ਕਿਤੋਂ, ਅਤੇ ਤੁਸੀਂ ਉਹਨੂੰ ਭਰਾ ਮੰਨ ਕੇ ਕਰਦੇ ਹੋ, ਤਾਂ ਉਹ ਚੀਜ਼ਾਂ ਮਤਲਬ ਅੱਜ ਜੇ ਤੁਸੀਂ ਪੰਜਾਬ ਦੇ ਵਿੱਚ ਗੱਲ ਕਰਨੀ ਹੋਵੇ ਉਸ ਭਾਈਚਾਰੇ ਦੀ, ਕਿਵੇਂ ਕਰੋਗੇ? ਵੀ ਇੱਕ ਪਾਸੇ ਉਹ ਭਰਾ ਹੁੰਦਾ ਜਿਹੜਾ ਦੂਜੇ ਲਈ ਜਾਨ ਕੁਰਬਾਨ ਕਰ ਦਿੰਦਾ, ਅਤੇ ਅੱਜ ਅਸੀਂ ਕਲਾਕਾਰਾਂ ਨੂੰ ਵੀ ਲੜਦੇ ਦੇਖਦੇ ਹਾਂ ਜ਼ਮੀਨਾਂ ਪਿੱਛੇ, ਵੱਡੇ ਵੱਡੇ ਬੰਦਿਆਂ ਨੂੰ ਵੀ ਉਰੇ ਪਿੱਛੇ ਲੜਦਾ ਵੇਖ ਦਿੰਦੇ ਹਾਂ, ਉਹ ਕਿਉਂ ਅਸੀਂ ਕਿੱਲਿਆਂ ਦੀ ਲੜਾਈ ਦੇ ਵਿੱਚ ਪੈ ਗਏ ਹਾਂ? ਯਾਰ ਇਹ ਨਾ ਸੋਚ ਹੀ ਆ, ਜਦੋਂ ਤੁਹਾਡਾ ਢਿੱਡ ਇੰਨਾ ਕੁਛ ਕਰਕੇ ਨਹੀਂ ਭਰਿਆ, ਤਾਂ ਥੋੜ੍ਹੀ ਜਿਹੀ ਜਿਹੜੀ ਚੀਜ਼ ਹੈਗੀ ਆ ਉਹਦੇ ਨਾਲ ਕਿਉਂ ਭਰੂਗਾ? ਇਹ ਚੀਜ਼ ਮੈਂ ਕਹਿੰਦਾ ਕਿ ਮੈਂ ਕੋਈ ਸਿੱਖਿਆ ਨਹੀਂ ਦਿੰਦਾ ਆ ਕਿਸੇ ਨੂੰ, ਮੈਂ ਕੋਈ ਕਿਸੇ ਨੂੰ ਰੈਗੂਲੇਸ਼ਨ ਜਿਹੜੀ ਗੱਲ ਨਹੀਂ ਕਰਦਾ, ਮੈਂ ਆਪਣੀ ਗੱਲ ਕਰਦਾ। ਮੈਂ ਜੋ ਆ ਮੇਰੇ ਹਿੱਸੇ ਆਉਂਦਾ ਸੀ ਮੈਂ ਭਰਾ ਨੂੰ ਦੇ ਕੇ ਆਇਆ, ਠੀਕ ਹੈ। ਇੱਕ ਮੋਟਰਸਾਈਕਲ ਚੱਕ ਕੇ ਦੇ ਗਿਆ, ਜਦੋਂ ਮੈਂ ਗੱਡੀ ਲੈ ਲਈ ਮੋਟਰਸਾਈਕਲ ਵੀ ਪਿੰਡ ਤੋਰਤਾ ਸੀ ਮੈਂ ਤੁਹਾਡਾ ਗਾ, ਠੀਕ ਹੈ। ਮੈਨੂੰ ਰਿਸ਼ਤੇ ਚੰਗੇ ਲੱਗਦੇ ਆ। ਜੇ ਮੈਂ ਭਰਾ ਨਾਲ ਵੰਡੀਆਂ ਪਾਊਂਗਾ ਜਾ ਕੇ ਯਾਰ, ਉਹਦੇ ਦਿਲ 'ਚ ਪਿਆਰ ਨਹੀਂ ਰਹਿਣਾ। ਮੈਂ ਅੱਜ ਵੀ ਕਹਿੰਦਾ ਵੀ ਉਹਦੇ ਲਈ ਮੈਂ ਖੜਾ ਜੇ ਮੈਂ ਕਿੰਨੇ ਯੋਗ ਹੈਗਾ, ਅਤੇ ਉਹ ਵੀ ਕਹਿੰਦਾ ਬਈ ਯਾਰ ਕੀ ਹੈ ਮੈਂ ਖੜਾ ਤੇਰੇ ਲਈ। ਆਹ ਜਿਹੜਾ ਲੈਣ ਦੇਣ ਖਤਮ ਕਰ ਦਿਓ, ਲਾਲਚ ਖਤਮ ਕਰ ਦਿਓ ਅੰਦਰੋਂ। ਜੇ ਤੁਸੀਂ ਕਹੋ ਦੋਨਾਂ ਪਾਸਿਓਂ ਰਿਸ਼ਤੇ ਚੰਗੇ ਚੱਲ ਸਕਦੇ ਨਹੀਂ, ਇੱਕ ਬੰਦੇ ਨੂੰ ਆਪਣਾ ਪਰਿਵਾਰ ਜਾਂ ਆਪਣਾ ਸ਼ਰੀਕਾ ਭਾਈਚਾਰਾ ਚਲਾਉਣ ਲਈ ਨੁਕਸਾਨ ਝੱਲਣੇ ਜ਼ਰੂਰ ਪੈਂਦੇ ਆ, ਕੁਰਬਾਨੀ ਤਾਂ ਦੇਣੀ ਪੈਂਦੀ ਹੈ। ਕੁਰਬਾਨੀ ਨਹੀਂ ਕਹਿੰਦੇ, ਥੋੜ੍ਹਾ ਮੋਟਾ ਹੁੰਦਾ ਉੱਚਾ ਨੀਵਾਂ ਹੋ ਜਾਂਦਾ ਹੈਗਾ। ਅੱਜ ਉਹ ਜ਼ਮੀਨ ਜਾਇਦਾਦ ਜੇ ਮੈਂ ਲੈ ਆਉਂਦਾ, ਮੈਂ ਵੀ ਸ਼ਾਇਦ ਵੇਚ ਵੱਟ ਕੇ ਖਾ ਜਾਣੀ ਸੀ, ਮੇਰੇ ਪੱਲੇ ਕੀ ਪੈਣਾ ਸੀ, ਸ਼ਾਇਦ ਮੈਂ ਭਰਾ ਗਵਾ ਲੈ। ਪਰ ਵੀਰੇ ਇੰਨਾ ਸਬਰ ਜਿਵੇਂ ਤੁਸੀਂ ਚਲੋ ਗੱਲ ਕਰੀ ਹੈ, ਵੀ ਕਈ ਵਾਰੀ ਤਾਂ ਮਨ ਦੇ ਵਿੱਚ ਮਨ ਉਬਾਲਾ ਮਾਰ ਜਾਂਦਾ ਜਦੋਂ ਗੁੱਸਾ ਆਉਂਦਾ, ਅਤੇ ਆਪਾਂ ਬਹੁਤ ਸਾਰੇ ਲੋਕ ਸੁਣਾਉਣ ਵੀ ਬਹਿ ਜਾਂਦੇ ਆ ਵੀ ਯਾਰ ਮੈਂ ਤੇਰੇ ਲਈ ਉਦੋਂ ਆਹ ਕਰਿਆ ਸੀ, ਤੂੰ ਮੇਰੇ ਲਈ ਉਦੋਂ ਆਹ ਨਹੀਂ ਕਰਿਆ, ਮੈਂ ਤੈਨੂੰ ਇੱਥੇ ਖੜਿਆ ਤੇਰੇ ਨਾਲ। ਇਹ ਖੜਨ ਖੜਾਉਣ ਵਾਲੇ ਚੱਕਰ 'ਚ ਵੀ ਕਈ ਵਾਰੀ ਭਾਈਚਾਰਾ ਵਿਗੜ ਜਾਂਦਾ। ਬਈ ਮੇਰੇ ਲਈ ਤਾਂ ਕੋਈ ਖੜਿਆ ਨਹੀਂ, ਠੀਕ ਹੈ, ਨਾ ਆਪਾਂ ਕਿਸੇ ਨੂੰ ਕਿਹਾ ਵੀ ਸਾਡੇ ਲਈ ਆ ਕੇ ਖੜੋ, ਆਪਾਂ ਆਪ ਹੀ ਤੁਰੇ ਹਾਂ, ਅਤੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਂ ਲੈ ਕੇ ਤੁਰਦੇ ਹਾਂ, ਅਤੇ ਰਾਹ ਆਪੇ ਬਣਦੇ ਹੈਗੇ। ਜਿਹੜੇ ਖੜਨ ਖੜਾਉਂਦੀ ਆ ਬਲੇਮ ਗੇਮ ਖੇਡਦੇ ਨੇ ਨਾ, ਕਮਜ਼ੋਰ ਲੋਕ ਹੁੰਦੇ ਆ। ਜੋ ਆ ਮੇਰੇ ਹਿੱਸੇ ਆਉਂਦਾ ਸੀ ਮੈਂ ਭਰਾ ਨੂੰ ਦੇ ਗਿਆ, ਠੀਕ ਹੈ। ਇੱਕ ਮੋਟਰਸਾਈਕਲ ਚੱਕ ਕੇ ਦੇ ਗਿਆ, ਜਦੋਂ ਮੈਂ ਗੱਡੀ ਲੈ ਲਈ ਮੋਟਰਸਾਈਕਲ ਵੀ ਪਿੰਡ ਤੋਰਤਾ ਸੀ ਮੈਂ ਤੁਹਾਡਾ। ਜੇ ਮੈਂ ਭਰਾ ਨਾਲ ਵੰਡੀਆਂ ਪਾਊਂਗਾ ਜਾ ਕੇ ਯਾਰ, ਉਹਦੇ ਦਿਲ 'ਚ ਪਿਆਰ ਨਹੀਂ ਰਹਿਣਾ। ਮੈਂ ਅੱਜ ਵੀ ਕਹਿੰਦਾ ਵੀ ਉਹਦੇ ਲਈ ਮੈਂ ਖੜਾ ਜੇ ਮੈਂ ਕਿੰਨੇ ਯੋਗ ਹੈਗਾ, ਅਤੇ ਉਹ ਵੀ ਕਹਿੰਦਾ। ਦੋਨਾਂ ਪਾਸਿਓਂ ਰਿਸ਼ਤੇ ਚੰਗੇ ਚੱਲ ਸਕਦੇ ਨਹੀਂ, ਇੱਕ ਬੰਦੇ ਨੂੰ ਆਪਣਾ ਪਰਿਵਾਰ ਜਾਂ ਆਪਣਾ ਸ਼ਰੀਕਾ ਭਾਈਚਾਰਾ ਚਲਾਉਣ ਲਈ ਨੁਕਸਾਨ ਝੱਲਣੇ ਜ਼ਰੂਰ ਪੈਂਦੇ ਆ। ਇੱਕ ਤੁਹਾਡੀ ਮੈਂ ਜਿਹੜਾ ਸਿਕੰਦਰ ਦੇ ਵਿੱਚ ਤੁਸੀਂ ਰੋਲ ਕਰਦੇ ਹੋ ਵੀ ਪਹਿਲਾਂ ਲੱਗਦੀ, ਉਹ 'ਚ ਤੁਹਾਨੂੰ ਚੱਕ ਕੇ ਲਿਆਉਂਦੇ ਨੇ ਕਿਤੋਂ, ਅਤੇ ਤੁਸੀਂ ਉਹਨੂੰ ਭਰਾ ਮੰਨ ਕੇ ਕਰਦੇ ਹੋ, ਤਾਂ ਉਹ ਚੀਜ਼ਾਂ ਮਤਲਬ ਅੱਜ ਜੇ ਤੁਸੀਂ ਪੰਜਾਬ ਦੇ ਵਿੱਚ ਗੱਲ ਕਰਨੀ ਹੋਵੇ ਉਸ ਭਾਈਚਾਰੇ ਦੀ, ਕਿਵੇਂ ਕਰੋਗੇ? ਵੀ ਇੱਕ ਪਾਸੇ ਉਹ ਭਰਾ ਹੁੰਦਾ ਜਿਹੜਾ ਦੂਜੇ ਲਈ ਜਾਨ ਕੁਰਬਾਨ ਕਰ ਦਿੰਦਾ, ਅਤੇ ਅੱਜ ਅਸੀਂ ਕਲਾਕਾਰਾਂ ਨੂੰ ਵੀ ਲੜਦੇ ਦੇਖਦੇ ਹਾਂ ਜ਼ਮੀਨਾਂ ਪਿੱਛੇ, ਵੱਡੇ ਵੱਡੇ ਬੰਦਿਆਂ ਨੂੰ ਵੀ ਉਰੇ ਪਿੱਛੇ ਲੜਦਾ ਵੇਖ ਦਿੰਦੇ ਹਾਂ, ਉਹ ਕਿਉਂ ਅਸੀਂ ਕਿੱਲਿਆਂ ਦੀ ਲੜਾਈ ਦੇ ਵਿੱਚ ਪੈ ਗਏ ਹਾਂ? ਯਾਰ ਇਹ ਨਾ ਸੋਚ ਹੀ ਆ, ਜਦੋਂ ਤੁਹਾਡਾ ਢਿੱਡ ਇੰਨਾ ਕੁਛ ਕਰਕੇ ਨਹੀਂ ਭਰਿਆ, ਤਾਂ ਥੋੜ੍ਹੀ ਜਿਹੀ ਜਿਹੜੀ ਚੀਜ਼ ਹੈਗੀ ਆ ਉਹਦੇ ਨਾਲ ਕਿਉਂ ਭਰੂਗਾ? ਇਹ ਚੀਜ਼ ਮੈਂ ਕਹਿੰਦਾ ਕਿ ਮੈਂ ਕੋਈ ਸਿੱਖਿਆ ਨਹੀਂ ਦਿੰਦਾ ਆ ਕਿਸੇ ਨੂੰ, ਮੈਂ ਕੋਈ ਕਿਸੇ ਨੂੰ ਰੈਗੂਲੇਸ਼ਨ ਜਿਹੜੀ ਗੱਲ ਨਹੀਂ ਕਰਦਾ, ਮੈਂ ਆਪਣੀ ਗੱਲ ਕਰਦਾ। ਮੈਂ ਜੋ ਆ ਮੇਰੇ ਹਿੱਸੇ ਆਉਂਦਾ ਸੀ ਮੈਂ ਭਰਾ ਨੂੰ ਦੇ ਕੇ ਆਇਆ, ਠੀਕ ਹੈ। ਇੱਕ ਮੋਟਰਸਾਈਕਲ ਚੱਕ ਕੇ ਦੇ ਗਿਆ, ਜਦੋਂ ਮੈਂ ਗੱਡੀ ਲੈ ਲਈ ਮੋਟਰਸਾਈਕਲ ਵੀ ਪਿੰਡ ਤੋਰਤਾ ਸੀ ਮੈਂ ਤੁਹਾਡਾ ਗਾ, ਠੀਕ ਹੈ। ਮੈਨੂੰ ਰਿਸ਼ਤੇ ਚੰਗੇ ਲੱਗਦੇ ਆ।
ਜੇ ਮੈਂ ਭਰਾ ਨਾਲ ਵੰਡੀਆਂ ਪਾਊਂਗਾ ਜਾ ਕੇ ਯਾਰ ਉਹਦੇ ਦਿਲ 'ਚੋਂ ਪਿਆਰ ਨਹੀਂ ਰਹਿਣਾ, ਮੈਂ ਅੱਜ ਵੀ ਕਹਿੰਦਾ ਵੀ ਉਹਦੇ ਲਈ ਮੈਂ ਖੜਾਂ ਜੇ ਮੈਂ ਕਿੰਨੇ ਯੋਗਾ ਹੈਗਾ, ਅਤੇ ਉਹ ਵੀ ਕਹਿੰਦਾ ਬਈ ਯਾਰ ਕੀ ਹੈ ਮੈਂ ਖੜਾਂ ਤੇਰੇ ਲਈ। ਆਹ ਜਿਹੜਾ ਲੈਣ ਦੇਣ ਖਤਮ ਕਰ ਦਿਓ, ਲਾਲਚ ਖਤਮ ਕਰ ਦਿਓ ਅੰਦਰੋਂ। ਜੇ ਤੁਸੀਂ ਕਹੋ ਦੋਨਾਂ ਪਾਸਿਓਂ ਰਿਸ਼ਤੇ ਚੰਗੇ ਚੱਲ ਸਕਦੇ, ਨਹੀਂ ਇੱਕ ਬੰਦੇ ਨੂੰ ਆਪਣਾ ਪਰਿਵਾਰ ਜਾਂ ਆਪਣਾ ਸ਼ਰੀਕਾ ਭਾਈਚਾਰਾ ਚਲਾਉਣ ਲਈ ਨੁਕਸਾਨ ਝੱਲਣੇ ਜ਼ਰੂਰ ਪੈਂਦੇ ਆ, ਕੁਰਬਾਨੀ ਤਾਂ ਦੇਣੀ ਪੈਂਦੀ ਹੈ। ਕੁਰਬਾਨੀ ਨਹੀਂ ਕਹਿੰਦੇ, ਥੋੜ੍ਹਾ ਮੋਟਾ ਹੁੰਦਾ ਉੱਚਾ ਨੀਵਾਂ ਹੋ ਜਾਂਦਾ ਹੈਗਾ। ਅੱਜ ਉਹ ਜ਼ਮੀਨ ਜਾਇਦਾਦ ਜੇ ਮੈਂ ਲੈ ਆਉਂਦਾ ਮੈਂ ਵੀ ਸ਼ਾਇਦ ਵੇਚ ਵੱਟ ਕੇ ਖਾ ਜਾਣੀ ਸੀ, ਮੇਰੇ ਪੱਲੇ ਕੀ ਪੈਣਾ ਸੀ, ਸ਼ਾਇਦ ਮੈਂ ਭਰਾ ਗਵਾ ਲੈਂਦਾ। ਪਰ ਵੀਰੇ ਇੰਨਾ ਸਬਰ ਜਿਵੇਂ ਤੁਸੀਂ ਚਲੋ ਗੱਲ ਕਰੀ ਹੈ ਵੀ ਕਈ ਵਾਰੀ ਤਾਂ ਮਨ ਦੇ ਵਿੱਚ ਮਨ ਅਵਾਲਾ ਮਾਰ ਜਾਂਦਾ ਜਦੋਂ ਗੁੱਸਾ ਆਉਂਦਾ, ਅਤੇ ਆਪਾਂ ਬਹੁਤ ਸਾਰੇ ਲੋਕ ਸੁਣਾਉਣ ਵੀ ਬਹਿ ਜਾਂਦੇ ਆ ਵੀ ਯਾਰ ਮੈਂ ਤੇਰੇ ਲਈ ਉਦੋਂ ਆਹ ਕਰਿਆ ਸੀ, ਤੂੰ ਮੇਰੇ ਲਈ ਉਦੋਂ ਆਹ ਨਹੀਂ ਕਰਿਆ, ਮੈਂ ਤੈਨੂੰ ਇੱਥੇ ਖੜਿਆ ਤੇਰੇ ਨਾਲ, ਇਹ ਖੜਨ ਖੜਾਉਣ ਵਾਲੇ ਚੱਕਰ 'ਚ ਵੀ ਕਈ ਵਾਰੀ ਭਾਈਚਾਰਾ ਵਿਗੜ ਜਾਂਦਾ। ਬਈ ਮੇਰੇ ਲਈ ਤਾਂ ਕੋਈ ਖੜਿਆ ਨਹੀਂ, ਠੀਕ ਹੈ, ਨਾ ਆਪਾਂ ਕਿਸੇ ਨੂੰ ਕਿਹਾ ਵੀ ਸਾਡੇ ਲਈ ਆ ਕੇ ਖੜੋ, ਆਪਾਂ ਆਪ ਹੀ ਤੁਰੇ ਹਾਂ ਅਤੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਂ ਲੈ ਕੇ ਤੁਰਦੇ ਹਾਂ ਅਤੇ ਰਾਹ ਆਪੇ ਬਣਦੇ ਹੈਗੇ। ਜਿਹੜੇ ਖੜਨ ਖੜਾਉਂਦੀਆਂ ਬਲੇਮ ਗੇਮ ਖੇਡਦੇ ਨੇ ਨਾ, ਕਮਜ਼ੋਰ ਲੋਕ ਹੁੰਦੇ ਆ।